ਬਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਜੀ। ਹੋਰ ਬਾਜੀ? ਬਸ ਠੀਕ ਹੈ ਜੀ, ਵਧੀਆ। ਪਰਨੇ ਪਰਨੇ ਰਾਰੇ ਇਕੱਠੇ ਲੈ ਕੇ ਆਉਂਦੇ ਸਾਰੇ ਨੇ, ਹੁਣ ਪਾਏ ਨਾ, ਟ੍ਰੈਂਡ ਚੱਲ ਪਿਆ। ਚਲੋ ਚਲੋ, ਸੋਹਣੇ ਲਾ ਰਹੇ ਨਾ ਬਾਜੀ। ਚਲੋ, ਇਹ ਵਪਾਰ ਦੀ ਨਿਸ਼ਾਨੀ, ਵਪਾਰ ਦੀ ਨਿਸ਼ਾਨੀ ਹੈ। ਹਾਂਜੀ ਹਾਂਜੀ, ਇੱਥੇ ਤਾਂ ਚੱਲ ਹੁਣ ਪਤਾ ਹੀ ਨਹੀਂ ਕਿਸੇ ਨੂੰ ਵੀ ਕੀ ਹੈ ਸਾਫਾ। ਹਾਂਜੀ ਹਾਂਜੀ, ਸਹੀ ਸਹੀ ਗੱਲ ਹੈ। ਜਦੋਂ ਆਪਾਂ ਮੰਡੀ ਤੇ ਜਾ ਮੈਂ ਉੱਥੋਂ ਪਾ ਲਾ, ਅਸੀਂ ਜਦੋਂ ਜਾ ਕੇ ਮੰਡੀ ਦੇ ਮੇਨ ਚੀਜ਼ ਆ ਇਹ ਐ ਕਰਕੇ ਐ ਕਰਨਾ ਨਿਸ਼ਾਨੀ ਥੱਲੇ। ਹਾਂ ਵਧੀਆ ਜੀ, ਵਧੀਆ। ਅੱਜ ਫਿਰ ਛੁੱਟੀਆਂ, ਮਾਲ ਨਾ ਸੰਦੀਪ ਜੀ ਤਿਆਰ ਨੀ ਗਾ। ਹਾਂਜੀ, ਝੁੱਟੀ ਆ ਉਹ ਵੀ ਤਾਜ਼ੀ ਸੂਈ ਆ, ਤੀਜੇ ਨੰਬਰ ਵਾਲੀ ਬਿਲਕੁਲ ਹੀ ਤਾਜ਼ੀ। ਅੱਛਾ ਜੀ, ਤੇ ਆ ਵੀ ਜਿਹੜੀ ਆ ਦੂਜੇ ਨੰਬਰ ਵਾਲੀ ਵੀ ਇਹ ਬੋਲੇ ਦੇ ਝੁੱਟੀਆਂ। ਠੀਕ ਆ, ਅਜੇ ਦੁੱਧ ਤੇ ਨਹੀਂ ਆਈਆਂ, ਇਰਾਦਾ ਵੀ ਨਹੀਂ ਹੈਗਾ। ਤੁਸੀਂ ਆਏ ਲਾਗੇ, ਮੈਂ ਅੱਜ ਫਿਰ ਚਲੋ ਫਿਰ ਦੇ ਦਿੰਦੇ ਹਾਂ ਵੀ ਫੋਨ ਫਾਨ ਦਰਸ਼ਕਾਂ ਦੇ ਆਉਣ ਦੇ ਬੜੇ ਵੀ ਕਹਿਣ ਲੈ ਪੈਂਦੇ ਵੀ ਪਾਈ ਨੀ ਵੀਡੀਓ ਕੀ ਗੱਲ ਹੈ, ਕਰੇ ਸ਼ੁਰੂ। ਤੇ ਅੱਜ ਚਲੋ ਚਲੋ ਸ਼ੁਰੂ, ਪਾਰਕ ਦਾ ਨਾਮ ਲੈ ਗਏ ਮਾਲ ਭਲਾ ਬਣਿਆ ਨਹੀਂ ਬਣਾ ਲੇਵੇ, ਫਿਰ ਵੀ ਪੈ ਜਾਏ ਪਿੱਛੇ ਨੂੰ। ਆ ਬਾਈ, ਆ ਝੂਟੀ ਕੋਲੇ 213 ਕਿਲੋ ਆ ਪਹਿਲਾਂ ਥੱਲੇ। ਆ ਪਹਿਲਾਂ ਕੋਲੇ, ਵਾਹ ਜੀ ਵਾਹ। ਲੇਵਾ ਤਾਂ ਫਿਰ ਆਪੇ ਬਣਨਾ ਹੁਣ, ਉਹਨਾਂ ਦੇ ਤਾਂ ਬਣਨਗੇ ਜਦੋਂ ਦੁੱਧੇ ਹੋਣ। ਬਿਲਕੁਲ, ਆ ਵੇਖੋ ਜੀ, ਇਹਦਾ ਕੋ ਤੋ ਆ ਜਾਓ, 13 ਕਿਲੋ ਦੁੱਧ ਤਿਆਰ ਹੈ ਇਸ ਟਾਈਮ। ਆ ਦੇਖੋ ਘਰਾਂ ਦੀ, ਆ ਫਿਰ ਲੇਵਾ ਵੇਖੋ ਨਾਲੇ ਨੇ। ਠੀਕ ਹੈ ਬਾਈ ਜੀ, ਫਿਰ ਪੂਰਾ ਫੁੱਲ ਪੂਰਾ। ਅੱਛਾ, ਸਿਰਾ ਫਿਰ ਇੱਕ ਚੀਜ਼ ਹੋਰ ਆ, ਮਤਲਬ 13 ਕਿਲੋ ਦੁੱਧ 2.5 ਤੋਂ ਮਤਲਬ ਪਲੱਸ ਹੀ ਹੋਊਗੀ ਜਿਹੜੀ ਇਹਦੀ ਗਾਰਡ। ਅੱਛਾ, ਹਾਂ ਤੇ ਹੋਰ ਕਿਲੋ ਦੁੱਧ ਤੇ ਕੱਟੀ ਜੀ, ਕੱਟੀ ਮਗਰ। ਹਾਂਜੀ, ਮਗਰ ਕੱਟਾ ਜੀ, ਮਗਰ ਕੱਟਾ। ਤੇ ਵੇਖੋ ਮੇਰਾ ਝੋਟੀ ਵੇਖੋ ਸੋਹਣੀ ਕਿੰਨੀ ਆ, ਪੂਰੀ ਵਧੀਆ ਟੌਪਰ ਝੋਟੀ ਆ। ਵੇ ਲੇ ਵਾਲੂ ਆ ਪੂਰਾ, ਵਾਹ ਜੀ ਵਾਹ। ਠੀਕ ਹੈ ਬਾਈ ਜੀ, ਫਿਰ ਚੋਣ ਚਾਣ ਬਹੁਤ ਬਾ। ਠੀਕ ਆ, ਦੇਖੋ ਜੀ ਪਹਿਲਾ ਸੂਆ ਝੋਟੀ ਨਾਲੇ, 13 ਕਿਲੋ ਦੁੱਧ ਤਿਆਰ ਹੈ ਇਸ ਟਾਈਮ। ਬਾਜੀ ਚਲ ਤੁਹਾਡੀ ਕਿਸਮਤ ਹੈ, ਇਸ ਟਾਈਮ ਮੌਜੂਦ ਉਹਦੇ ਨਹੀਂ ਹੈ ਨਾ ਬਾਜੀ। ਹਾਂ ਨਹੀਂ ਬਾਜੀ, ਬਹੁਤ ਸੋਹਣੀ ਝੋਟੀ ਨਿੱਕਾ ਸਿੰਘ। ਠੀਕ ਹੈ ਜੀ, ਚਲੋ ਬਸ ਠੀਕ ਹੈ ਜੀ। ਦੋ ਟਾਈਮ ਤਸੱਲੀ ਕਰਾਵਾਂਗੇ ਜਿਹੜਾ ਵੀ ਲਏਗਾ। ਹਾਂਜੀ ਹਾਂਜੀ, ਜਿਹੜਾ ਲਵੇ ਦੋ ਟਾਈਮ ਆਪਣੀ ਤਸੱਲੀ ਕਰਦੇ, ਬੱਚੇ ਨੂੰ ਪਿਆ ਕੇ ਦੁੱਧ, ਜੇ ਨਹੀਂ ਵੀ ਪਿਆਉਣਾ ਤਾਂ ਵੀ ਮਿੰਨਤੀ ਕਰਕੇ ਲੈ ਕੇ ਜਾਵੇ। ਠੀਕ ਹੈ ਜੀ, ਹਾਂਜੀ। ਬਾਹਰ ਜਦੋਂ ਵੇਖੀ ਦਾ ਹਿਸਾਬ ਤਾਂ ਫਿਰ 1:40-1:45 ਮੰਗਣ ਡੇ ਲੋਕ, ਅਸੀਂ ਕਿੰਨੇ ਕੁ ਮੰਗ ਲਈਏ, 1-10 ਮੰਗ ਲਈਏ, ਕਰ ਦਿਓ ਜਾਏਗਾ ਇੱਕ ਵਾਰੀ 95। ਠੀਕ ਆ, ਮੈਂ ਨਹੀਂ ਬਾਈ ਜਾਇਜ਼ ਜਾਇਜ਼। 13 ਕਿਲੋ ਵਾਲੀ ਅਜੇ ਬਾਈ, ਆਹ ਬੱਚਾ ਤਾਜ਼ਾ, ਮੇਰਾ ਮੂਲਾ ਚੱਲੂਗੀ ਛੋਟੀ। ਨਹੀਂ ਨਹੀਂ ਠੀਕ ਆ ਬਾਈ ਜੀ, ਮੇਰੇ ਹਿਸਾਬ ਨਾਲ ਮਤਲਬ ਬਿਨਾ ਜਿੰਨੀ ਇਹਦੀ ਕੁਆਲਿਟੀ ਆ ਨਾ, ਹਾਂਜੀ 14 ਕਿਲੋ ਦੁੱਧ ਦੇ ਵਰਗੇ ਦੇਣ ਦੇਣਾ ਜੇ ਬਾਈ ਜੀ, ਦੇਣਾ ਜੇ ਕੋਈ 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 ਹੁਣ ਜਿਹੜਾ ਤੇਰੇ ਕੋਲ ਕੋਈ ਵੱਡੀ ਗੱਲ ਨਹੀਂ ਕਿਲੋ ਦਾ। ਹਾਂ ਇਹ ਆ ਜਿਹਨੂੰ ਲੇਵਾ ਲਗਾ ਪੂਰਾ ਜਿੱਦਾਂ ਵੀ ਕਮਾਲ, ਠੀਕ ਨਹੀਂ ਦਿਖੀ ਜਾਂਦਾ ਬਾਈ ਜੀ, ਦਿਖੀ ਜਾਂਦਾ ਸੋਹਣਾ ਸੋਹਣਾ। ਮੈਂ ਨਜ਼ਾਰਾ ਹੀ ਹੈ ਬਾਜੀ, ਲੈ ਜਾਓ ਨਜ਼ਾਰਾ ਲਿਆ ਦਿਓ। ਆ ਜੁੜੀ ਮਾੜਾ ਬੱਚਾ ਲਾ ਕੇ ਲਾ 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 ਲਾ, ਕੱਟੀ ਜੀ ਇਹਦੇ ਮਗਰ ਕੱਟਾ ਹੈ ਜੀ, ਕੱਟੀਆਂ ਕੱਟੀਆਂ ਘੱਟ ਹੀ ਆਈਆਂ ਨਾ ਜੀ, ਆਈਆਂ ਕੱਲ ਝੋਟੀਆਂ 3 ਵਿੱਚੀਆਂ। ਹਾਂਜੀ ਕੱਟੀਆਂ, ਉਹ ਲਾਸਟ ਵਾਲੀ ਦੇ ਨਾਲ ਹੀ ਕੱਟੀ। ਆ ਵੇਖੋ ਹੁਣ ਬੱਚੇ ਤਾਜ਼ੇ ਆ ਬਿਲਕੁਲ ਹੀ, ਹਾਂ ਜਿਹੜੇ ਤਾਜ਼ੇ ਮਰਜੀ ਹੁਣ ਬਾਈ, ਉਹ ਤਾਂ 2-4 ਦਿਨ ਖਾ ਹੋਰ ਖਾ ਪੀ ਕੇ ਬੰਨੇ ਦੁੱਧ ਦੇ ਹੁੰਦੇ ਹੁਣ, 8-7 ਕਿਲੋ ਬੋਲੇ ਦੇ ਕੀ ਮਾਲ ਨੇ ਬਣ ਜਾਣਾ ਹੁਣ। ਹੈ ਜੈਡ ਬਲੈਕ ਹੈ ਨਾ ਜੀ, ਪਿਓਰ ਪਿਓਰ, ਬੱਚਾ ਵੀ ਜੈਡ ਬਲੈਕ। ਬਾਈ ਇੱਕ ਸਾਡੇ ਹੜ੍ਹ ਜਾਇਆ ਪਿਆ, ਉਹ ਇੱਥੋਂ ਆਪਣੇ 10-15 ਨੁਕਸਾਨ ਬਹੁਤ ਹੋ ਗਿਆ ਬਾਈ ਜੀ, ਉਹਦਾ 2 ਜਗ੍ਹਾ ਪਾਰ ਪੈ ਗਿਆ। ਪਾਣੀ ਫਿਰ ਪਿੱਛੇ ਛੱਡਦਾ ਪਰ ਬਾਲਾ ਜੀ, ਇਹਨਾਂ ਨੇ ਪਾਣੀ ਬਹੁਤ ਆ ਬਾਈ ਜੀ, ਪਾਣੀ ਦਾ ਨਾ ਜਿਹੜਾ ਉਹ ਤੁਸੀਂ ਬੰਨ ਹੈ ਨਾ, ਹਾਂਜੀ ਉਹਦੇ ਉੱਪਰ ਦੀ ਚੱਲਦਾ ਪਿਆ, ਦੇਖੋ 15 ਫੁੱਟ ਉੱਚਾ ਹੈ ਨਾ ਜੀ, 15 ਫੁੱਟ ਉੱਚਾ ਵਾ ਕਿਲੋਮੀਟਰ ਦਰਿਆ ਪਾਸੇ ਆ। ਵੇਖ ਲਓ ਬਾਕੀ ਗੱਲ ਸਹੀ ਆ, ਕਿਲੋਮੀਟਰ ਆ ਜੀ, ਪਰ ਉਹ ਆ ਵੀ ਪੂਰੇ ਦਾ ਪੂਰਾ ਮਤਲਬ। ਤੇ ਬਾਜੀ ਝੋਨੇ ਖਤਮ ਹੋ ਗਏ ਨੇ ਫਿਰ? ਝੋਨੇ ਦਾ ਬਾਈ ਉਹ ਕਹਿ ਰਹੇ ਵੀ ਸਾਡੇ ਕਈਆਂ ਜਗ੍ਹਾ ਤੇ 5 ਫੁੱਟ ਪਾਣੀ ਹੈ, ਕਈਆਂ ਜਗ੍ਹਾ 10 ਫੁੱਟ ਹੈ। ਹਾਂਜੀ, ਤੇ ਉਹ ਹੁਣ ਝੋਨੇ ਉੱਤੇ ਕੀ ਕਰਨਗੇ? ਝੋਨੇ ਸਹੀ ਗੱਲ ਹੈ ਜੀ, ਝੋਨੇ ਆ ਕੀ ਕਰ ਲੈਣਾ ਉਹਦੇ। ਵਾਹ ਜੀ ਵਾਹ, ਥਾਣਾ ਵੇਖੋ ਘਰਾਂ ਦੇ। ਹਾਂ
दूजे चौथे दिन मेनू फोन लाउंदे आ अजे बोले ठीक है चलो तोर लो जी चेक करो जी भी। अच्छा जी ठीक ठीक है जी बहुत चंगा बस ਅਜੇ ਤੁਹਾਨੂੰ ਪਤਾ ਫਿਰ ਦੂਰੋਂ ਆਈਆਂ ਪਰ ਸਫ਼ਰ ਦਾ ਬਲੰਬ ਮੂੰਹ ਮਾਰੇ ਜਾਂਦੇ ਭਾਜੀ ਸਾਈਆਂ ਦਾ ਅੱਜ ਇਰਾਦਾ ਨਹੀਂ ਸੀਗਾ ਬਣਾਉਣ ਦਾ ਆਪਣਾ ਵੀ ਵੀਡੀਓ ਤਿਆਰ ਕਰਕੇ ਨਾ ਮਾਲ ਹਾਂਜੀ ਹਾਂਜੀ ਗਰੰਟੀ ਜੀ ਹੋ ਜਾਂਦੀ ਹੈ ਗਰੰਟੀ ਹੋ ਜਾਂਦੀ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਆਹ ਚੀਜ਼ ਆ ਨਹੀਂ ਉਹ ਸੋਹਣੀਆਂ ਝੋਟੀਆਂ ਨੇ ਨਸਲਾ ਪੂਰੀ ਹਾਂ ਬਾਕੀ ਜੈਡ ਬਲੈਕ ਜੈਡ ਬਲੈਕ ਇਹ ਹੋ ਰਿਹਾ ਦੇਖੋ ਕਿਤੇ ਜਿਹੜਾ ਨਾ ਆਹ ਨਹੀਂ ਠੀਕ ਹੈ ਭਾਜੀ ਦਿਖਿਆ ਹਾਂ ਜੈਡ ਬਲੈਕ ਹੈ ਹਾਂ खाली खुली करी पहला सूए जी पहला सूए चार दान चोण ते थान कमाला बस ठीक है लो जी भी चेक करो हां बस ठीक है वड्डी झोटी पूरी आ देखो चार दिन दो दिन चार जी चार दिन झोटी है जी ते थन भी है चलो अजे खाली खुली की सोहनी झोटी नाल वड्डी आ देखो नहीं ठीक है भाई बस ठीक है वेलो भाई माल जो मर्जी संभालदा ही है कि नहीं भाई हाँ चलो ठीक है बस ठीक है दस किलो दुध है कट्टी जी कट्टी मगरा जी वेखो करा कट्टी रोशी है हां रोशी कट्टी चार दिन चार दिन ठीक है दस किलो पूरा दुध खा जा भाई माल जेड़ा ना चंगे तो चंगा भी मिलता भाई गल इस तरह वा भी लियाउण नूं भी दिल करदा करदा भाजी ते थोड़ा जिहा इस तरह साडे एरिया जेड़ा ना अपना थोड़ा जिहा कह लो भी आम ही भा फूल दा चक्करां च पै जांदा बाहरों जेड़े भी लोग फोन करदे आ ना चंगे तो चंगी झोटी लै के खोजने
ਬਾਜੀ ਵੇਖ ਪੱਠੇ ਪਾਣੇ ਦਾਣਾ ਕਿੰਨਾ ਮਹਿੰਗਾ ਹਨਾ ਸਾਰਾ ਇੱਥੇ ਚੰਗੇ ਮਾਲ ਦਾ ਸਾਡਾ ਏਰੀਆ ਕਿੰਨਾ ਵੀ ਹਨ ਬਸ ਆਪਣੇ ਜਿਵੇਂ ਵੀ ਭਾਅ ਦੇ ਚੱਕਰਾਂ ਚ ਪੈ ਜਾਂਦੇ ਨਹੀਂ ਯਾਰ ਆ ਵਾ ਉਹ ਹੁਣ ਇੰਨਾ ਵੱਡੀ ਆ ਵੇਖੋ ਕਿੱਡਾ ਕਰ ਨਹੀਂ ਇਦੂ ਵੱਡੇ ਦੇ ਬਜਣ ਕਿਉਂ ਸਹੀ ਸਹੀ ਗਿਆ ਬਿਲਕੁਲ ਮਤਲਬ ਇਹ ਹੁਣ ਹਿਸਾਬ ਲਾ ਲਓ ਵੀ ਜੇ ਹੁਣ ਆਮ ਘਰਾਂ ਘਰਾਂ ਚ ਜਾਂਦੇ ਅਸੀਂ ਇਹੋ ਜਿਹੀ ਝੋਟੀ ਦਾ ਮੁੱਲ ਪੁੱਛਣ ਜਾਂਦੇ ਆ ਤਾਂ ਹੋ ਸਕਦਾ 20-30 ਕਰ ਲੈਣ ਨਹੀਂ ਨਹੀਂ ਬਿਲਕੁਲ 85 ਮੁੱਲ ਆ ਹਾਂ 80 ਦੀ ਅਸੀਂ ਦੇ ਦੇਣੀ ਲੈ ਵੇ ਲੈ ਇਹਦੇ ਉੱਪਰ ਕੀ ਹੈ ਜੀ ਹਾਂ ਨਹੀਂ ਠੀਕ ਹੈ ਭਾਜੀ ਇਹਦੇ ਉੱਪਰ ਭਾਜੀ ਇਹਦੇ ਉੱਪਰ ਕੀ ਹੈ ਨਾ ਭਾਜੀ ਹੁਣ ਕੀ ਕਰਾਂਗੇ ਚੰਗਾ ਪਸ਼ੂ ਹੈ ਚੰਗਾ ਪਸ਼ੂ ਬਿਲਕੁਲ ਜੀ 10 ਕਿਲੋ ਪੂਰਾ ਦੁੱਧ ਆ ਠੀਕ ਹੈ ਜੀ ਲਓ ਜੀ ਵੇਖੋ ਬਸ ਠੀਕ ਹੈ ਜੀ ਬਾਕੀ ਵੀਰ ਮੈਂ ਇੱਕ ਗੱਲ ਕਹਿਣਾ ਐਤਕੀ ਜਿਹੜਾ ਕਮੈਂਟ ਕਰਦਾ ਮੈਨੂੰ ਕੱਲੇ ਨੂੰ ਨੀ ਕਰਦਾ ਬਹੁਤ ਜਿਆਦਾ ਨੂੰ ਕਰਦਾ ਤੰਗ ਆਏ ਪਏ ਸਾਰੇ ਪਰ ਵੀਰ ਨੂੰ ਬੇਨਤੀ ਆ ਵੀ ਤੂੰ ਆਪਣਾ ਏਰੀਆ ਦੱਸ ਤੇਰੇ ਏਰੀਆ ਚ ਮਿਲਦੀਆਂ ਸਸਤੀਆਂ ਹਾਂ ਉੱਥੋਂ ਆ ਜੀ ਆਪਾਂ ਬੱਸ ਫੜ ਕੇ ਉੱਥੇ ਆਵਾਂ ਹਾਂ ਬਿਲਕੁਲ ਜੀ ਨਾਲੇ ਚਲੋ ਮੇਰਾ ਭਰਾ ਕੋ ਰੋਟੀ ਪਾਣੀ ਖਵਾਏਗਾ ਜਿਹੜੇ ਚਾਹ ਜੂ ਤੇ ਪੀਆਂਗੇ ਹਾਂ ਨਾਲੇ ਕੁਝ ਹੋਈ ਨਹੀਂ ਬਹੁਤ ਚੰਗੀ ਦਵਾਈ ਭਾਈ ਪੂਰੀ ਵਧੀਆ ਚੋਣ ਲੱਗੀ ਹੈ ਨਹੀਂ ਠੀਕ ਹੈ ਭਾਈ ਠੀਕ ਹੈ ਨਾ ਠੀਕ ਹੈ ਕਿਉਂਕਿ ਦੇਖੋ ਚਵਾਈ ਦਾ ਹੀ ਡੰਗਰ ਹੈ ਜੇ ਚਵਾ ਚੰਗਾ ਤੇ ਸਾਰਾ ਕੁਝ ਨਹੀਂ ਠੀਕ ਹੈ ਭਾਈ ਦੇਖੀ ਚਵਾਈ ਦੇਖੀ ਬਹੁਤ ਸੋਹਣੀ ਚਵਾਈ ਹੈ ਜੀ ਠੀਕ ਹੈ ਚਲੋ ਤੋਰੋ ਜੀ ਲਓ ਜੀ ਵੇਖੋ ਕੱਟੀ ਮਗਰ ਡਬਲ ਫਾਇਦਾ ਪੂਰਾ ਤੁਹਾਡਾ ਤੇ ਸੋਹਣੀ ਜੋੜੀ ਮੁੱਲ ਵੀ ਬਾਈ ਨੇ 80,000 ਰੁਪਇਆ 80,000 ਤੇ ਨਾ ਨਾ ਠੀਕ ਹੈ ਭਾਜੀ ਨਹੀਂ ਭਾਜੀ ਬਹੁਤ ਸੋਹਣੀ ਬਿਲਕੁਲ ਚੈੱਕ ਕਰੋ ਕਹਿੰਦੇ ਵੱਡੀ ਜੋੜੀ ਨਾਲੇ ਉਹ ਜਿਵੇਂ ਫੌਜੀ ਸਾਹਿਬ ਕਹਿੰਦੇ ਸਿੰਗਲ ਹੱਡੀ ਦੀ ਜੀ ਸਿੰਗਲ ਹੱਡੀ ਦੀ ਤੇ ਆਇਆ ਜੀ ਕੱਲ੍ਹ ਫੌਜੀ ਸਾਹਿਬ ਦਾ ਫੋਨ ਜੀ ਮੈਂ ਕਿਹਾ ਤੁਸੀਂ ਬਣਾਓ ਨਾ ਜਿਗਰ ਤੁਹਾਡਾ ਹਰੇਕ ਵੀਡੀਓ ਤੇ ਹੁੰਦਾ ਹਾਂਜੀ ਹਾਂ ਹਾਂ ਬੁਲਾਓ ਜੀ ਇੱਥੇ ਬੁਲਾਓ ਬੁਲਾਓ ਉੱਧਰ ਪਏ ਲੋਕ ਜੀ ਹਾਂ ਬਸ ਠੀਕ ਹੈ ਭਾਜੀ ਫਿਰ ਰੱਬ ਦਾ ਨਾ ਹੀ ਹੈ ਬਿਲਕੁਲ ਰੱਬ ਦਾ ਨਾ ਹੀ ਹੈ ਜੀ ਚਲੋ ਬਾਈ 80,000 ਰੁਪਇਆ ਬਿਲਕੁਲ ਜੀ ਬਾਕੀ ਪਿੰਡ ਮਾਲੀਆ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਤੋਂ ਸਿੱਧਾ ਕਾਦੀਆਂ ਮਿਰਜੇ ਕਾਦੀਆਂ ਨੇੜੇ ਪਿੰਡ ਨਾਲ 2 ਕਿਲੋਮੀਟਰ ਠੀਕ ਹੈ ਜੀ